स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड लोहा खेड़ा, ये पिंड संगरूर जिले का है। वैसे दोस्तों इहदे धनौला मंडी नेड़ रह जांदा है, बड़बर वाला जिहड़ा टोल टैक्स आउंदा है उत्थों भी सड़क सीधी लोहे खेड़े पिंड च आउंदी है। जिहड़े घर चों वीडियो बना रहे हैं बहुत सारियां वीडियो बाइक कोलों बनाईआं दोस्तों, ते इहदे कोल हर टाइम मंडी वांगू पशु होंदे है, बहुत सारे पशु इस वीर कोल विक्री वाले होंदे है। अज भी जे आपां गल करिए दोस्तों तां बहुत सारे नागा ते जिहड़ी मैनूं खास चीज़ दसदी है वी चार जर्सी गावां वी इत्थे इस टाइम रुकियां होईआं खड़ियां है। एच एफ तां इहनां कोल हर टाइम गिणती तों बाहर होंदे है पशु। सो लास्ट तक वीडियो जरूर देखो, तुहानूं सारे पशु दिखाऊंगा। एक बेनती है वी साडा काम वीडियो च पशु दिखाउण दा है, तुसीं तसल्ली करनी है, तुहानूं पशु चंगा लगेगा तुसीं तां खरीदना है। नंबर हमेशा स्क्रीन उत्ते चलता रहिंदा हुंदा है। सो प्रदीप बाई कोल आपां आए हां दोस्तों, एक बार सारे पशु दिखाते हैं, तुसीं ध्यान च कर लो। जिवें जिवें इहनां दी वारी आउंदी जाऊगी तो तुहानूं इनफॉर्मेशन बाई तों लै के दिंदा जाऊंगा। दो एच एफ गावां सूईआं सवाईआं जिन्हां नाल बच्चे वछियां है, शुरुआत आपां उन्हां एच एफ तों ही करनी है। बाद च तुहानूं जर्सी जिहड़ियां गावां उह भी दिखाऊंगा, कुछ उदू अगे भी एच एफ खड़ियां उह भी दिखा देणगा। प्रदीप बाई सति श्री अकाल। सति श्री अकाल बाई। प्रदीप भाई अज फिर सुखना काफी नाग अपने कोल। हां भाई, जिहड़ी पहले नंबर ते गां कन्नवा सूआ सूई भाई, इह दूजा सूआ सूई आ, मगर इहदे वछी आ। ठीक है, ते परसों शाम दी सूई हुई, अद्धे बोले जो इह खाली आ। ਠੀਕ ਹੈ। ਅੱਛਾ ਬਾਈ ਇਹਦਾ ਰੇਟ ਕੀ? ਰੇਟ ਵੀ ਬਾਈ ਜਿਹੜੇ ਹੋਣਗੇ ਆਪਾਂ ਤੈਨੂੰ ਪਤਾ, ਆਪਾਂ ਸ਼ੁਰੂ ਤੋਂ ਵੀਡੀਓ 'ਚ ਹੀ ਕਰਦੇ ਹੁੰਦੇ ਵੀ ਇਹ ਤਾਂ ਹੈ ਨਹੀਂ, ਹੈ ਨਾ, ਵੀ ਜਿਹੜੇ ਜਾਨਵਰ ਵੀਰ ਨੇ ਜਿੰਨੇ ਜਾਨਵਰ ਰੁਪਈਆਂ ਵਾਲਾ ਦੇਖ ਆਪਾਂ ਮੰਗਣੇ ਉਹਨੇ ਜਾਇਜ਼ ਹੀ ਹੁੰਦੇ ਆ। ਹੁਣ ਇਹਦੀ ਜਿਵੇਂ ਇਹਦੀ ਆਰਡਰ ਦੀ ਕੁਆਲਿਟੀ ਆਮ ਤੌਰ ਤੇ ਜਿਵੇਂ ਅੱਜ ਕੱਲ੍ਹ ਵੀਡੀਓ 'ਚ ਚੱਲਦਾ ਬਾਈ, ਇਹ 45 ਕਿਲੋ ਦੂਏ ਇਹਨਾਂ ਦੂ ਬਾਈ ਜੀ, ਇਹ 30 ਕਿਲੋ ਤੱਕ ਇਹਦੀ ਕੰਪੈਸਿਟੀ ਆ ਦੁੱਧ ਦੇਣ ਦੀ। ਠੀਕ ਹੈ, ਕਿਉਂਕਿ ਆਪਣੇ ਕਹਿਣ ਨਾਲ ਨਹੀਂ ਦੇਣਾ ਵੀਰੇ, ਜਾਨਵਰ ਦੀ ਬਰੀਡ ਨੇ ਦੁੱਧ ਦੇਣਾ, ਹੈ ਨਾ। ਠੀਕ ਹੈ, ਬੱਚਾ ਇਹਦੇ ਮੈਗਰ ਸਾਈਸਰ ਸਿਮਨ ਦੀ ਬੱਚੀ ਹੈ ਬਾਈ। ਠੀਕ ਹੈ, ਤੇ ਹੱਥੀ ਚਵਾਈ ਕਰ ਲਓ ਚਾਹੇ ਮਸ਼ੀਨ ਤੇ ਆਈ ਫਾਰਮ ਚੋਂ। ਠੀਕ ਹੈ, ਹਾਂਜੀ। ਕੀ ਰੇਟ ਹੈ ਇਹਦਾ? ਰੇਟ ਬਾਈ ਜਮਾ ਬਾਜਬ ਰੇਟ ਆ, ਜਿਹੜਾ ਲੈਣ ਦੇਣ ਵਾਲਾ 1,10,000 ਰੁਪਇਆ ਜਮਾ, ਐਨ ਜੈਨੂਅਨ ਰੇਟ ਆ। ਤੋਰ ਦਗੇ ਬਾਈ? ਹਾਂ ਬਾਈ, ਤੋਰ ਦੇ ਖੋਲੀ ਕੋਲ। ਦੋਸਤੋ ਬੱਚਾ ਵੱਛੀ ਹੈ ਨਾਲ ਤੇ ਫਿਕਸ ਹਵਾਨੇ ਦੀ ਹੈ, ਤੁਸੀਂ ਇਹਨੂੰ ਸੋਹਣੇ ਢਾਂਚੇ 'ਚ ਦੇਖੋਗੇ। ਘਰੇ ਰੱਖਣ ਵਾਲੀ ਗਾਂ, ਕਿਉਂਕਿ ਨਾ ਤਾਂ ਬਾਹਲਾ ਵੱਡਾ ਕੱਦ ਹੈ ਤੇ ਨਾ ਛੋਟੀ ਹੈ, ਇਦਾਂ ਦੇ ਢਾਂਚੇ ਦੀ ਗਾਂ ਘਰੇ ਤੁਸੀਂ ਥੋੜਾ ਥਾਂ ਚ ਪਾ। ਬਾਕੀ ਬੱਚਾ ਬਹੁਤ ਚੰਗਾ ਬਾਈ ਜਗਜੀਤ, ਤੇ ਬੱਚੀ ਦੋਸਤੋ ਕਮਾਲ ਦੀ ਹੈ, ਤੁਹਾਨੂੰ ਫੇਰ ਦਿਖਾਉਂਗਾ, ਪਰ ਤੁਸੀਂ ਗਾਂ ਵੀ ਦੇਖੋਗੇ ਤੁਹਾਨੂੰ ਪਸੰਦ ਆਊਗੀ। ਸੋ ਇਹਦਾ ਰੇਟ 1,10,000 ਹੈ, ਚੰਗਾ ਦੁੱਧ ਦੇ ਦੂਗੀ। ਕਿੰਨਾ ਚੋਲੋਗੇ ਭਾਵੇਂ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ, ਪਰ ਨਾਰਮਲ ਦੁੱਧ ਬਾਈ ਜਿਹੜਾ ਜੈਨੂਅਨ ਦੁੱਧ ਆ 27-28 ਕਿਲੋ ਤੋਂ ਇਹ ਟੁੱਟਦੀ ਨਹੀਂ। ਠੀਕ ਹੈ, ਅੱਗੇ ਮੇਨ ਗੱਲ ਹੁੰਦੀ ਹੈ ਬਾਈ ਜਗਜੀਤ, ਹੈ ਨਾ, ਵੀ ਮੇਨ ਆਪਾਂ ਫੇਰ ਸ਼ੁਰੂ ਤੋਂ ਆਪਾਂ ਇੱਕੋ ਹੀ ਗੱਲ ਕਹਿੰਦੇ ਹੁੰਦੇ ਆ ਵੀ ਆਪਦੀ ਨਿਰਖ ਪਰਖ ਨਾਲ ਖਰੀਦੋ ਬਾਈ। ਸਹੀ ਹੈ। ਸੋ ਦੋਸਤੋ ਇਹਦੇ ਨਾਲ ਵੱਛੀ ਇਹਦਾ ਪਲੱਸ ਪੁਆਇੰਟ ਹੈ, ਕਿਉਂਕਿ ਵੱਛੀ ਵਾਲੀ ਗਾਂ ਬਾਰੇ ਮੈਂ ਤਾਂ ਹਮੇਸ਼ਾ ਹੀ ਕਹਿ ਦਿੰਦਾ। ਬਾਕੀ ਬਾਈ ਹਵਾਨਾ ਵੀ ਕਰਮ ਵਾਲੀ ਦਾ, ਅੱਗੇ ਤੇ ਪਿੱਛੇ ਦਾ। ਸਹੀ ਹੈ, ਬਰੀਡ ਪੱਖ ਤੋਂ ਕੋਈ ਇਹ ਚ ਕ੍ਰਾਸ ਪਾਣ ਨਹੀਂ, ਜਿਹੜਾ ਬੱਚਾ ਮਗਰ ਸੈਕਸਰ ਸਿਮਨ ਦੀ ਵੱਛੀ ਦੇਖ, ਬਹੁਤ ਪਿਆਰੀ। ਸਹੀ ਹੈ। ਸੋ ਦੋਸਤੋ ਚੰਗੀ ਵੱਛੀ ਨਾਲ, ਬਾਕੀ ਰੇਟ ਵੀ ਬਾਈ ਹੋਣਗੇ ਜਿਹੜੇ ਆਪਣੇ ਜਾਇਜ਼ ਹੋਣਗੇ, ਵੀ ਇਹ ਨਹੀਂ ਹੈਗਾ ਜਿਵੇਂ ਹੁਣ ਇਹਦਾ ਆਪਾਂ 40 ਮੰਗ ਲਓ, ਬਾਅਦ ਚੋਂ ਘੱਟ ਜਾਓ ਵੀਰ, ਵਿੱਚ ਵੀਰ ਕਿਉਂ, ਫਿਰ ਵੀ ਆਦਤ ਜੀ ਬਣੀ ਹੁੰਦੀ ਆ ਵੀ ਯਾਰ ਹੋਰ ਦੱਸ ਹੋਰ ਦੱਸ, ਵੀਰ ਲੈਣ ਦੇਣ ਵਾਲਾ ਰੇਟ ਆ। ਠੀਕ ਹੈ, ਇਹ 2 ਨੰਬਰ ਤੇ ਜਿਹੜੀ ਗਾਂ ਇਹ ਵੱਛੀ ਬਾਈ 6 ਦੰਦ ਆ, ਜਰਸੀ ਦੇ ਇਹਦੇ ਸਿਮਣ ਲੱਗੇ, ਵੱਛੀ ਮੰਗ ਰਹੇ ਇਹਦੇ। ਠੀਕ ਹੈ, ਜਿੰਨਾ ਵੀ ਇਹਦਾ ਢਾਂਚਾ ਸਾਰਾ ਜਿੱਦਾਂ ਆਪਾਂ ਆਮ ਤੌਰ ਤੇ ਕਹਿੰਦੇ ਵੀ ਫੌਰਨ ਵਾਲੀਆਂ ਗਾਈਆਂ ਵਾਲਾ ਢਾਂਚਾ ਹੈ ਇਹਦਾ ਬਾਈ। ਠੀਕ ਹੈ, ਤੇ ਇਹ ਪਰਸੋਂ ਦੀ ਸ਼ਾਮ ਦੀ ਸੂਈ ਹੋਈ ਆ, ਦੁੱਧ ਦੀ ਜਿਹੜੀ ਇਹਦੀ ਕੰਪੈਸਿਟੀ ਆ ਬਾਈ, ਇਹ ਵੀ ਮੰਨ ਕੇ ਵੀ 25 ਤੋਂ 30 ਕਿਲੋ ਦੀ ਨਾਰਮਲ, ਜ਼ਿਆਦਾ ਤੋਂ ਜ਼ਿਆਦਾ 35 ਕਿਲੋ ਦੇ ਦੂ। ਠੀਕ ਹੈ, ਹਾਂ ਬਾਈ, ਜਾਨੀ 30 ਦੇ ਆਸਪਾਸ 30 ਤਾਂ ਨਾਰਮਲੀ ਦੇ ਦੂ ਬਾਈ। ਬਾਕੀ ਮੇਨ ਗੱਲ ਹੁੰਦੀ ਹੈ ਬਾਈ, ਜਦੋਂ ਜਾਨਵਰ ਨਾ ਦੁੱਧ ਤੇ ਚੱਲ ਪੈਂਦਾ ਉਦੋਂ ਹੀ ਪਤਾ ਲੱਗਦਾ ਹੁੰਦਾ, ਹੁਣ ਆਪਾਂ ਪਹਿਲਾਂ ਦੇਖੋ ਚੁਬਾਈਆਂ ਵੀ ਨੇ ਗਾਵਾਂ, ਮੇਨ ਬਾਈ ਕੇਅਰ ਤੇ ਵੀ, ਜੇ ਹੁਣ ਆਪਾਂ ਹੁਣ ਆਪਣੇ ਲਾ ਲਾ ਵੀ ਕਿੰਨਾ ਪ੍ਰਬੰਧ ਕਰੀ ਬੈਠੇ ਆਮ ਬੰਦਾ, ਪ੍ਰਬੰਧ ਵੀ ਨਹੀਂ ਕਰਦੇ ਵਿੱਚ ਵੀਰ। ਸਹੀ ਹੈ। ਅੱਛਾ ਇਹਦਾ ਕੀ ਰੇਟ ਰਹਿਣਾ ਪਤੀ ਬਾਈ? ਇਹਦਾ ਬਾਈ ਲੈਣ ਦੇਣ ਵਾਲਾ ਰੇਟ ਹੋਊਗਾ ਜਿਹੜਾ ਜਮਾ ਆਪਣਾ 1,60,000 ਰੁਪਇਆ। ਠੀਕ ਹੈ, ਵੀ ਹਾਈਟ ਬਰੀਡ ਜਿਹੜੀ ਇਹਦੀ ਬਰੀਡ ਆ ਬਾਈ, ਜਿਵੇਂ ਜਿੱਦਾਂ ਆਪਣੇ ਫੌਰਨ ਵਾਲੇ ਜਾਨਵਰ ਹੁੰਦੇ ਨੇ ਉਦਾਂ ਦੀ ਆ ਸਾਰੀ ਇਹਦਾ ਢਾਂਚਾ। ਸੋ ਦੋਸਤੋ ਹਜੇ ਭਲੂਣ ਤੁਹਾਨੂੰ ਧੁੰਨੀ ਤੇ ਨਜ਼ਰ ਆਉਂਦੀ ਹੋਣੀ ਹੈ, ਕਿਉਂਕਿ ਪਰਸੋਂ ਹੀ ਸੂਈ ਹੈ। ਵੱਛੀ ਨੂੰ ਇਹਨੇ ਜਨਮ ਦਿੱਤਾ ਤੇ ਵੱਛੀ ਇਹਦੇ ਮਗਰ ਜਰਸੀ ਸੀਮਨ ਦੀ ਹੈ, ਫਿਕਸ ਹਵਾਨਾ, ਕਾਫੀ ਵੱਡਾ ਸਾਈਜ਼ ਆ ਦੋਸਤੋ, ਅੱਗੋਂ ਸਟਾਰਟ ਹੁੰਦਾ ਹੈ, ਹਾਈਟ ਫੁੱਲ ਹੈ, ਲੈਂਥ ਫੁੱਲ ਹੈ, ਲੰਬੀ ਫੁੱਲ ਹੈ। ਜੇ ਵੀਰੇ ਦਾ ਕੋਈ ਸੌਦਾ ਕਰਦਾ ਜਗਜੀਤ ਵੀਰੇ, ਆਪਾਂ ਦੁੱਧ ਇਹਦਾ ਨੌਰਮ ਦੇਖ, ਆਪਾਂ 30 ਕਿਲੋ ਦੀ ਆਪਾਂ ਇਹਦੀ ਜਵਾਬਦਾਰੀ ਲੈ ਸਕਦੇ ਆ ਤਿਆਰ ਕਰਨ ਦੀ। ਓਕੇ, ਵੀ ਉਦੋਂ ਉੱਪਰ ਦੇਖ ਚਾਹੇ 35 ਕਰ ਜੇ, ਪਰ 30 ਆਪਾਂ ਚਵਾ ਕੇ ਵੀ ਦੇ ਦਾਂਗੇ ਦਾ। ਓਕੇ, ਕਿਉਂਕਿ ਇਹਦਾ ਰਿਕਾਰਡ ਬਹੁਤ ਚੰਗਾ ਪਿੱਛੇ ਦਾ। ਸੋ 30 ਕਿਲੋ ਦੁੱਧ ਬਾਈ ਕਹਿੰਦਾ ਵੀ ਚਵਾ ਕੇ ਦੇ ਦੇਾਂਗੇ, 1,60,000 ਇਹਦਾ ਰੇਟ ਹੈ। ਹਵਾਨਾ ਅੱਗੇ ਨੂੰ ਵੀ ਚੰਗਾ ਤੇ ਪਛਾਣ ਨੂੰ ਵੀ ਸੋਹਣਾ। ਬੱਚੀ ਜਰਸੀ ਇਹਦੇ ਮੰਗਰ ਵੀਰੇ, ਪਿਓਰ ਜਰਸੀ ਦਾ ਬੱਚਾ ਹੀ ਆ। ਠੀਕ ਹੈ, ਵੀ ਮਿਕਸ ਨਹੀਂ ਹੈਗੀ ਵਿੱਚ। ਸੋ ਦੱਸੋ ਹੈ ਜਰਸੀ ਕਾਫੀ ਕਲਰ ਚ ਆ ਗਈ, ਕਿਉਂਕਿ
ਜਿਹੜੀਆਂ ਕਾਫੀ ਕਲਰ ਦੀਆਂ ਜਰਸੀਆਂ ਇੱਧਰ ਦਿਖਾ ਦੇ ਦੇਖ ਤੇ ਉਹ ਬਹੁਤ ਪਿਆਰਾ ਬੱਚਾ ਹੀ ਨਹੀਂ ਹੈਗਾ ਵੀ ਇਹਦੇ ਵਿੱਚ ਮਿਕਸ ਬਰੀਡ ਨਹੀਂ ਹੈਗੀ ਸਹੀ ਹੈ ਪ੍ਰਦੀਪ ਭਾਈ ਇਦੋਂ ਅੱਗੇ ਵੈਰ ਅੱਗੇ ਵੀਰੇ ਵੇਖਣ ਵਾਲਾ ਵੀਰ ਇਹਨੂੰ ਵੇਖ ਕੇ ਤਾਂ ਕਹੂਗਾ ਵੀ ਦੂਸਰੇ ਸੂਏ ਦੀ ਓਰੀਜਨਲ ਦੋ ਦੰਦ ਆ ਬਾਈ ਜਗਜੀਤ ਠੀਕ ਹੈ ਦੇਖੋ ਦਿਖਾ ਦਿੰਨੇ ਆਪਾਂ ਕਿਉਂਕਿ ਆਪਾਂ ਕੱਚਾ ਕੰਮ ਨਹੀਂ ਕਰਦੇ ਸਹੀ ਹੈ ਕਿੰਨੇ ਕੁ ਦਿਨ ਲਊ ਪ੍ਰਦੀਪ ਬਾਈ ਇਹਦਾ ਇੱਕ ਹਫ਼ਤਾ ਬਾਕੀ ਆ ਠੀਕ ਹੈ ਪੂਰੇ ਵਧੀਆ ਢਾਂਚੇ ਦੀ ਆ ਤੇ ਥੋੜੀ ਸਰਦੀ ਕਰਕੇ ਆਪਾਂ ਮਾਲ ਨਮਾਇਆ ਨਹੀਂ ਤੋਰਦੇ ਬਾਈ ਬਾਹਰ ਕੱਢ ਦੇ ਕੀ ਰੇਟ ਰਹੂਗਾ ਪ੍ਰਦੀਪ ਰੇਟ ਬਾਈ ਇਹਦਾ ਵੀ ਕੋਈ ਆਪਾਂ ਜਿੱਦਾਂ ਦੀ ਹੁਣੇ ਬੱਚੀ ਆਪਣੇ ਕੋਲੇ ਚਲੋ ਜਾਨਵਰ ਭਾ ਚ ਆਇਆ ਤੇ ਆਪਾਂ ਭਾ ਨਾਲ ਹੀ ਸੇਲ ਕਰਨਾ ਇਹਦਾ ਲੈਣ ਦੇਣ ਵਾਲਾ ਰੇਟ ਜਗਜੀਤ ਵੀਰ 1,35,000 ਰੁਪਏ ਬੱਚੀ ਦਾ ਠੀਕ ਹੈ ਵੀ ਆਪਾਂ ਇਹ ਨਹੀਂ ਹੈਗਾ ਜੀ ਬਈ ਜਾਨਵਰ ਆਪਣੇ ਕੋਲੇ ਜ਼ਿਆਦਾ ਚੰਗਾ ਆ ਗਿਆ ਵੀ ਚਲੋ ਆਪਾਂ ਇਹਦਾ ਦੋ ਮੰਗ ਲਓ ਹਨਾ ਸਹੀ ਹੈ ਸੋ ਦੋਸਤੋ ਇਹ ਦੋ ਦੰਦ ਬੱਚੀ ਹਜੇ ਦਿਨ ਲੈਂਦੀ ਹੈ ਸੂਣ ਚ ਕਾਫੀ ਵੱਡਾ ਸਾਈਜ਼ ਹੈ ਜੋ ਗੱਡੀ ਤੋਂ ਉਤਰੀ ਹੋਈ ਹੈ ਅੱਗੇ ਕਰ ਲਵਾਂ ਜੀ ਤੇ ਹਜੇ ਹੋਣੀ ਬਾਈ ਕਹਿੰਦਾ ਵੀ ਗੱਡੀ ਤੋਂ ਉਤਰੀ ਹੈ ਠੰਡ ਹੈ ਨਵਾਈਆਂ ਨਹੀਂਗਾ ਭਲੂਣ ਇਹਦੇ ਵੀ ਇਹਨੇ ਚੱਕਣੀ ਸ਼ੁਰੂ ਕੀਤੀ ਸਟਰਕਚਰ ਬੜਾ ਪਿਆਰਾ ਉਹ ਤੁਸੀਂ ਇੱਥੋਂ ਦੇਖ ਸਕਦੇ ਹੋ ਹਵਾਨਾ ਜਦੋਂ ਤੁਰੂਗੀ ਫਿਰ ਤੁਸੀਂ ਆਕਾਰ ਦੇਖ ਲਓਗੇ ਇਹਦੀ ਆਪਾਂ ਥੰਬਨੇਲ ਤੇ ਫੋਟੋ ਲਾਵਾਂਗੇ ਦੱਸੋ ਇਦਾਂ ਦੀ ਇਹ ਵੱਛੀ ਹੈ ਬਾਕੀ ਜਚੇ ਤਾਂ ਕਾਲ ਕਰੋ ਜੇ ਹਵਾਨਾ ਸੋਹਣਾ ਬਣਾਉਂਦੀ ਆਉਂਦੀ ਹੈ ਹਜੇ ਦਿਨ ਲੈ ਇਦਾਂ ਦੇ ਬੱਚੀਆਂ ਦਾ ਜੀਤ ਮਾਰਕੀਟ ਚ ਆਮ ਤੌਰ ਤੇ ਨਾਰਮਲੀ 2-3 ਲੱਖ ਦਾ ਰੇਟ ਹੋਇਆ ਕਿਉਂਕਿ ਆਪਾਂ ਦੇਖੋ ਆਪਣੀ ਸ਼ੁਰੂ ਤੋਂ ਇੱਕ ਰੂਟੀਨ ਆ ਵੀ ਆਪਾਂ ਜਾਇਜ਼ ਨਫਾ ਲੈਣਾ ਤੇ ਜਨਮਰ ਸੇਲ ਕਰਨਾ ਵੀ ਇਹ ਨਹੀਂ ਹੈਗਾ ਵੀ ਆਪਾਂ ਰੇਟ ਮੰਗੋ ਹਨਾ ਨਾ ਆਪਾਂ ਅੱਜ ਰੇਟ ਮੰਗਣਾ ਨਾ ਆਪਾਂ ਕੱਲ ਮੰਗਣਾ ਇਹਦਾ ਸੋ ਬਾਕੀ ਮਾਨਤਾਨ ਜ਼ਰੂਰ ਕਰਾਂਗੇ ਬਾਈ ਇਹ ਨਹੀਂ ਹੈਗਾ ਵੀ ਕਈ ਵਾਰ ਵੀਰ ਕਹਦੇ ਵੀ ਇਹ ਬੱਚੀ ਦੇ ਵਿੱਚ ਵੀ ਆਪਣਾ ਜਮਾ ਫਿਕਸ ਹੀ ਆ ਠੀਕ ਹੈ ਮਾਨਤਾਨ ਕਰ ਦਾਂਗੇ ਪ੍ਰਦੀਪ ਇਹ ਤੋਂ ਅੱਗੇ ਕੁਝ ਕੱਚੀਆਂ ਵਹਿੜਾਂ ਖੜੀਆਂ ਨੇ ਇਹ ਬਾਈ ਜਗਜੀਤ 34-35 ਕਿਲੋ ਦੁੱਧ ਦੇ ਬੱਚੀ ਨੇ ਦਿੱਤਾ 6 ਦੰਦ ਆ ਬਹੁਤ ਵੱਡੇ ਢਾਂਚੇ ਦੀ ਆ ਠੀਕ ਹੈ ਤੇ ਇਹਦੇ ਬੱਚੀ ਦੇ ਅੱਜ 16 ਕੁ ਦਿਨ ਰਹਿ ਗਏ ਠੀਕ ਹੈ ਨਾੜਾ ਨੂੜਾ ਬਹੁਤ ਚੰਗੀਆਂ ਨੇ ਇਹਦੀਆਂ ਵੀ ਠੀਕ ਹੈ ਬਰੀਡ ਕੁਆਲਿਟੀ ਵਾਲੇ ਨੇ ਵੀਰੇ ਟੋਟਲੀ ਜਾਨਵਰ ਜਿੰਨੇ ਹੈਗੇ ਆ ਰੇਟ ਇਹ ਬੱਚੀ ਫਾਰਮ ਤੁਹਾਡੇ ਤੱਕ ਭੱਜੂ ਕੁਲਵਿੰਦਰ ਨੇੜੇ ਰੱਖੀ ਫੜ ਕੇ ਰੇਟ ਕੀ ਰਹਿਣਾ ਪ੍ਰਦੀਪ ਰੇਟ ਬਾਈ ਇਹਦਾ ਜਮਾ ਜਾਇਜ਼ ਅੱਜ ਵਾਲਾ ਰੇਟ ਆ ਜਿਹੜਾ 1.25 ਲੱਖ ਰੁਪਿਆ ਬਾਈ ਜਗਜੀਤ ਬੱਚੀ ਦਾ ਠੀਕ ਹੈ ਸੋ ਦੋਸਤੋ 1.25 ਲੱਖ ਰੁਪਿਆ ਬਹੁਤ ਵੱਡੀ ਬੱਚੀ ਹੈ ਬਾਈ ਲੈ ਆਓ ਬਾਈ ਵਾਪਸ ਹੌਲੀ 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 ਪਿਆਰ ਨਾਲ ਆਰਡਰ ਕੁਆਲਿਟੀ ਜਿੰਨੀ ਬਣਾਓ ਬਾਈ ਐਨ ਫਿਕਸ ਕੰਪੈਕਟ ਆਰਡਰ ਦੀਆਂ ਗਾਵਾਂ ਨੇ ਸਾਰੀਆਂ ਠੀਕ ਹੈ ਕਾਫੀ ਲੰਬੀ ਵਹਿੜ ਆ ਦੋਸਤੋ ਉਹਦੇ ਕਰਕੇ ਗੱਡੀ ਦੀ ਕੁਆਲਿਟੀ ਖੁੱਲੀ ਆਈ ਕਰਕੇ ਨਾ ਥੋੜਾ ਵੀਰੇ ਧੱਕਾ ਕਰਦੀ ਆ ਓਕੇ ਇਦੋਂ ਅੱਗੇ ਪ੍ਰਦੀਪ ਇੱਕ ਵਹਿੜ ਖੜੀ ਹੈ ਬਾਈ ਇਹਦੇ ਬੱਚੀ ਦੇ ਬਾਈ ਅੱਜ ਮੰਨ ਕੇ ਵੀ 15-17 ਦਿਨ ਬਾਕੀ ਇਹਨੇ ਦੁੱਧ 24-25 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਸਾਈਜ਼ ਬੈਜ ਬਹੁਤ ਸੋਹਣਾ ਹੈਗਾ 15 ਦਿਨ ਕਨਫਰਮ ਆ ਵੀ ਉੱਪਰ ਜੇ ਆਪਾਂ ਕਹਿੰਦੇ ਵੀ 9 ਮਹੀਨੇ 9 ਦਿਨ ਲੈਂਦੀ ਹੈ ਜੇ ਉਹ ਲੈਤੇ ਤਾਂ ਇਹ 20 ਦਿਨ ਲੈ ਜੂਗੀ ਕੀ ਰੇਟ ਹੋਊਗਾ ਰੇਟ ਬਾਈ ਅੱਜ ਵਾਲਾ ਰੇਟ ਦਾ 90,000 ਰੁਪਏ ਤੋਰਦੇ ਬਾਈ ਠੀਕ ਹੈ ਸੋ ਦੋਸਤੋ ਦੂਜਾ ਸੂਆ ਵੈਡ ਹੈ 90,000 ਬਹੁਤ ਸੋਹਣਾ ਵੀਰੇ ਕਲਰ ਪ੍ਰਿੰਟ ਆ ਨਸਲ ਬਰੀਡ ਵੀ ਜਿੱਦਾਂ ਬਾਕੀ ਸਾਰੇ ਜਾਨਵਰ ਆਪਣੇ ਹੱਥੀ ਚਵਾਈ ਵਾਲੇ ਵੀ ਨੇ ਬਾਈ ਮਸ਼ੀਨ ਤੇ ਲਾਉਣ ਵਾਲੇ ਵੀ ਥਣ ਦੂਰੇ ਥਣ ਦੀਆਂ ਬੱਚੀਆਂ ਨੇ ਠੀਕ ਹੈ ਸਾਈਜ਼ ਸੂਜ ਬਹੁਤ ਸੋਹਣਾ ਬੱਚੀ ਦੇ ਦਾ ਕਿਉਂਕਿ ਚਲੋ ਜਿਹੇ ਜੀ ਅੱਜ ਕੱਚੀ ਆਪਣੇ ਕੋਲ ਵੀ ਭਾਚ ਆਈ ਆ ਉਦਾਂ ਆਪਾਂ ਚਲੋ ਆਪਾਂ ਦੇ ਦੇਣੀ ਅੱਗੇ ਹਨਾ ਬਹੁਤ ਵਧੀਆ ਸਟਰਕਚਰ ਆ ਬਾਈ ਰੰਗ ਪ੍ਰਿੰਟ ਦੇਖ ਸਕਦੇ ਇਹ ਖੁੱਲੀਆਂ ਆਉਂਦੀਆਂ ਕਰਕੇ ਥੋੜਾ ਧੱਕਾ ਕਰਦੀਆਂ ਠੀਕ ਹੈ ਸੋ ਇਸ ਸਾਈਡ ਤੇ ਦੱਸੋ ਕੁਝ ਹੋਰ ਵਹਿੜਾ ਖੜੀਆਂ ਜਿਨ੍ਹਾਂ ਬਾਰੇ ਆਪਾਂ ਜਾਣਕਾਰੀ ਲਵਾਂਗੇ ਇੱਥੇ ਨਾਗ ਬਹੁਤ ਹੁੰਦੇ ਆ ਸੋ ਜਦੋਂ ਵੀਡੀਓ ਬਣਾਈ ਦੀ ਹੈ ਸੁੱਖ ਨਾਲ ਜਿਹੜੀ ਉਦੋਂ ਅੱਗੇ ਵੀਰੇ ਆ ਬੱਚੀ ਆ ਗਈ ਇਹ ਵੀ ਹੁਣੇ ਆਈ ਆ ਫਾਰਮ ਚੋਂ ਬਹੁਤ ਵੱਡੀ ਬੱਚੀ ਆ ਬਾਈ ਤੇ ਦੁੱਧ ਦਾ ਇਹਦਾ ਮੰਨ ਕੇ 37-37 ਕਿਲੋ ਦੁੱਧ ਦਾ ਰਿਕਾਰਡ ਆ ਪਲੂਣ ਦਾ ਠੀਕ ਹੈ ਦੂਸਰੇ ਸੂਏ ਦੀ ਬੱਚੀ ਆ ਇਹ ਕਿੰਨਾ ਟਾਈਮ ਲਊ ਪ੍ਰਦੀਪ ਇਹ ਬਾਈ ਹਲੇ ਬੱਚੀ ਇਹ 15 ਦਿਨ ਇਹਦੇ ਜਮਾ ਜੈਨੂਨ ਹੀ ਪਏ ਨੇ ਠੀਕ ਹੈ ਕੀ ਰੇਟ ਰਹੂਗਾ ਇਹਦਾ ਰੇਟ ਬਾਈ ਜਿਹੜਾ ਅੱਜ ਵਾਲਾ ਰੇਟ ਆ 1.25 ਲੱਖ ਰੁਪਇਆ ਜਿੱਦਣ ਦੇਖੋ ਜੇ ਤਿਆਰ ਕਰਕੇ ਬੱਚੀ ਇਦਾਂ ਦੀ ਦੇਖੋ ਨਾ ਉਹ ਉਦਣ ਵਾਲੀ ਗੱਲ ਹੁੰਦੀ ਆ ਹੁਣੇ ਆਈ ਨਹੀਂ ਅੱਜ ਜਾਨਵਰ ਬਾਈ ਆਪਣੇ ਕੋਲੇ ਠੀਕ ਹੈ ਹੁਣ ਦੇਖੋ ਦੀ ਬਹੁਤ ਵੱਡੇ ਲੈਂਥ ਦੀ ਆ ਜੇ ਵਧੀਆ ਬੰਦੇ ਕੋਲੇ ਵਾ ਕੇ ਬਾਈ ਜਗਜੀਤ 35 ਤੋਂ ਪਲੱਸ ਤੇ 40 ਕਿਲੋ ਦੇ ਵਿੱਚ ਇਹ ਦੁੱਧ ਦੇ ਸਕਦੀ ਹੈ ਬੱਚੀ ਦੇਖ ਬਹੁਤ ਵੱਡੇ ਉਹਦੇ ਰਿਕਾਰਡ ਦੀ ਹੈ ਨਾੜਾ ਨੂੰ ਲੈਵੇ ਤੇ ਫੁੱਲ ਹੈ ਹਵਾਨੇ ਤੇ ਨਾੜਾ ਵੀ ਚੰਗਾ ਥਣ ਬਿਲਕੁਲ ਸਿੱਧੇ ਦਿਸਦੇ ਆ ਜਿਹਦੇ ਵੀਰੇ ਤਿਆਰੀ ਵੀ ਇੰਨੀ ਕੁ ਕਰਨੀ ਆ ਇਹ ਜੇ ਬਰੀਕ ਪਣ ਵੇਖੀ ਅੱਗੇ ਲੱਤਾਂ ਲੁੱਤਾਂ ਅੱਗੇ ਪੂਸ ਪਾਸ ਇੰਨਾ ਕੁ ਬਰੀਕ ਪਾਣਾ ਵੀ ਜਿੰਨਾ ਕਹਿ ਦੋ ਕਿਉਂਕਿ ਹੁਣ ਇਹ ਬਿਨਾ ਬਿਊਟੀ ਪਾਰਲਰ ਤੋਂ ਨੇ ਸਾਰੀਆਂ ਸਹੀ ਹੈ ਹੌਲੀ 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 ਦੋਸਤੋ ਇਹ ਨਵਾਈਆਂ ਨਹੀਂ ਕਹਿਣ ਦਾ ਭਾਵ ਠੰਡ ਜਿਹੜੀ ਉਹ ਪੈ ਰਹੀ ਹੈ ਇੱਕ ਹੋਰ ਇਦੋਂ ਅੱਗੇ ਬਹੁਤ ਸੋਹਣੀ ਵੈੜ ਖਰੀ ਆ ਹੈ ਤਾਂ ਕੱਚੀ ਇਹ ਬੱਚੀ ਜਗਜੀਤ ਵੀਰੇ ਪਲੂਣ ਹੀ ਸੂਗੀ ਠੀਕ ਹੈ ਏਵੀਐਸ ਸਟ੍ਰੈਕਰ ਦੀ ਆਪ ਆ ਠੀਕ ਹੈ ਬਾਈ ਤੇ ਇਹਦੇ ਮੰਨ ਕੇ ਵੀ ਅੱਜ ਵੀਰੇ 20 ਦਿਨ ਰਹਿੰਦੇ ਪਰ ਜਿਹੜਾ ਵੀਰ ਨੂੰ ਮਹੀਨਾ ਮੰਨ ਕੇ ਲਵੇ ਇਹਨੂੰ ਠੀਕ ਹੈ ਕਿਉਂਕਿ ਜੇ ਹੁਣ 20 ਦਿਨ ਰਹਿੰਦਾ 9 ਦਿਨ ਕੋਲ ਹੀ ਮਹੀਨਾ ਹੋ ਜਾਂਦਾ ਮਨ ਕੇ 2 ਦੰਦ ਤੋੜ ਕੇ ਚੌਕ ਦੇ ਚੱਕਦੇ ਆ ਵੱਡੀ ਇੰਨੀ ਕਾ ਵੀ ਆਪਣੇ ਕੋਲੇ ਦੇਖ ਆਪਾਂ ਖੜੀ ਆ ਧਰਮ ਵਾਲੀ ਸਟਾਰਟਿੰਗ ਵੀ ਅੱਡਰ ਦੀ ਇੰਨੀ ਕ ਵਧੀਆ ਜਿੱਦਾਂ ਆਪਾਂ ਆਮ ਕਹਿ ਦਿੰਦੇ ਨਾਰਮਲ ਵੀ ਪਲੂਣ ਬੱਚੀ 35 ਕਿਲੋ ਦੁੱਧ ਤੇ ਸਟਾਰਟਿੰਗ ਹੀ ਕਰੂਗੀ ਬਾਈ ਕੀ ਰੇਟ ਰਹਿਣਾ ਪ੍ਰਦੀਪ ਰੇਟ ਬਾਈ ਦਾ ਅੱਜ ਵਾਲਾ 1.5 ਲੱਖ ਰੁਪਏ ਬੱਚੀ ਦਾ ਠੀਕ ਹੈ ਇੱਥੋਂ ਦੇਖ ਬਾਈ ਦੇਖ ਸਹੀ ਹੈ ਸੋ ਦੋਸਤੋ ਚੰਗੇ ਕੱਦ ਕਾਟਦੀ ਹੈ ਬਰੀਡ ਪੱਖ ਤੋਂ ਬਾਈ ਦਾ ਰਿਕਾਰਡ ਖੁਦ ਜਮੈਨ ਇਹਦੇ ਮੰਨ ਕੇ ਕੰਨ 'ਚ ਦੇ ਟੈਗ ਲੱਗਿਆ ਹੱਥ ਤੋੜਦੇ ਬਾਈ ਤੋੜ ਦੇ ABS ਸਟ੍ਰਾਈਕਰ ਬੋਲ ਦੀ ਵੈੜ ਹੈ ਬਹੁਤ ਵੱਡੇ ਸਾਈਜ਼ ਦੀ ਬੱਚੀ ਹੈ ਬਾਈ ਪਲੀ ਪੁਲੀ ਹੋਰ ਕਿਸੇ ਪਾਸੇ ਵੀ ਹੱਥ ਧਰਾ ਨਹੀਂ ਹੈਗਾ ਸਹੀ ਹੈ
ਸਾਰੇ ਡਾਇਮੰਡ ਹੀ ਨੇ ਬਾਈ ਜਿੰਨੇ ਹੈਗੇ ਨੇ। ਮੇਨ ਗੱਲ ਕੋਲੇ ਆਵੇ ਵੀਰ, ਜਿੱਥੋਂ ਵੀ ਆਊਗਾ ਐਂ ਨਹੀਂ ਹੈਗਾ ਵੀ ਆਪਾਂ ਮੁੱਲ ਮੁੜੂਗਾ ਵੀ ਜਾਂ ਵਿੱਚ ਅੱਜ ਕੱਲ੍ਹ ਚੱਲਦਾ ਗਾ ਵੀ ਵੀਡੀਓ 'ਚ ਵੱਡੀ ਦਿਖਾ ਦੇ ਕੋਲੇ ਤਾਂ ਸੋਟੀ, ਆਪਣੀ ਆਦਤ ਹੈ ਜਿਹੜੀ ਸੋਟੀ ਆਪਾਂ ਸੋਟੀ ਦੱਸਣੀ ਆ ਵੀਡੀਓ 'ਚ। ਸਹੀ ਹੈ, ਵੱਡੀ ਆ ਤਾਂ ਵੱਡੀ ਦੱਸਣੀ ਆ। ਠੀਕ ਹੈ, ਸੋ ਮੋੜ ਵੀਰੇ ਕਮਾਲ ਆ ਬਾਈ। ਸੋ ਦੇਖੋ ਬੈਠ ਦੋਸਤੋ, ਏ ਬੀ ਐਸ ਸਟਰਾਈਕਰ ਬੋਲ ਦੀ ਹੈ ਚੰਗੀ, ਹੌਲੀ 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 ਇਹ ਤਿਆਰ ਹੋ ਰਹੀ ਹੈ। 20 ਦਿਨ ਹਜੇ ਇਹਦੇ ਪਏ ਆ, ਪਰ ਤੁਸੀਂ 25 ਦਿਨ ਵੀਰੇ ਮਹੀਨਾ ਮੰਨ ਕੇ ਲੈ ਲੈ ਵੀਰ। ਜਿਹੜਾ ਕਈ ਵਾਰ ਕੀ ਹੁੰਦਾ, ਚਾਹੇ 20 ਦਿਨਾਂ ਤੇ ਸੂਪੇ ਵੀ ਮੁੜ ਕੇ ਨਾ, ਕੱਲ ਨੂੰ ਲਾਂਬੇ ਵਾਲੀ ਗੱਲ ਨਹੀਂ, ਕਿਉਂਕਿ ਆਪਾਂ ਹਰ ਰੋਜ਼ ਰੁਟੀਨ 'ਚ ਕੰਮ ਕਰਨਾ। ਸਹੀ ਹੈ। ਸੋ ਇਹ ਤੋਂ ਅੱਗੇ ਦੱਸੋ, ਇੱਕ ਬੱਚੀ ਛੋਟੀ ਖੜੀ ਹੈ, ਇਹਦੇ ਬਾਰੇ ਜਾਣਕਾਰੀ ਲੈ ਕੇ ਫਿਰ ਤੁਹਾਨੂੰ ਜਰਸੀ ਦਿਖਾਉਣੇ ਆ। ਪਰ ਇਹ ਬਾਈ ਹਿਫਰ ਮੰਨ ਕੇ ਅਜੇ ਹੁਣ ਤਾਰਾਂ ਦੇ ਹੀ ਆਉਂਦੇ ਆ, 11 ਕੁ ਮਹੀਨਿਆਂ ਦੀ ਆ। ਬਰੀਡ ਕੁਆਲਿਟੀ ਇਹਦੀ ਬਹੁਤ ਆ, ਇੱਧਰੋਂ ਦਿਖਾ ਦਿੰਦੇ ਆ। ਠੀਕ ਹੈ, ਕੀ ਰੇਟ ਰਹੂਗਾ ਪ੍ਰਦੀਪ ਇਹਦਾ? ਬਾਈ ਲੈਣ ਦੇਣ ਵਾਲਾ ਰੇਟ ਜਿਹੜਾ ਮੰਨ ਕੇ ਅੱਜ ਵਾਲਾ ਵੀ ਘਟਾਉਣ ਵਧਾਉਣ ਵਾਲਾ, ਫਿਰ ਤਾਂ 22,000 ਰੁਪਇਆ ਨਹੀਂ, ਲੈਣ ਦੇਣ 16,000 ਰੁਪਏ ਦੀ ਵੱਛੀ ਦੇ ਦਾਂਗੇ ਬਾਈ। ਠੀਕ ਹੈ, ਇਦੋਂ ਅੱਗੇ ਜਰਸੀ ਦਿਖਾਉਣੀ। ਇਹ ਵੱਛੀ ਬਾਈ ਸਵੇਰੇ ਬੋਲੇ ਚੋਂ ਖਾਲੀ ਕੀਤੀ ਆ, ਕੱਲ ਸੂਈ ਸੀ। ਠੀਕ ਹੈ, ਤੇ ਨਾੜਾ ਨੂੜਾ ਇਹਦੇ ਵੀ ਬਹੁਤ ਆ, ਜਾਨਵਰ ਜ਼ਿਆਦਾ ਹੋ ਜਾਣਗੇ। ਆਪਾਂ ਮੇਨ ਤੌਰ ਕੀ ਦਿਖਾ, ਇੱਧਰ ਦੇਖ ਲੈ ਵੀਰ, ਇੱਧਰ ਨਾੜਾ ਨੂੜਾ ਚਵਾਈ ਚਵੀ ਜੇਰ ਵਗੈਰਾ ਬਿਲਕੁਲ ਡਨ। ਠੀਕ ਹੈ, ਬਰੀਡ ਪੱਖ ਤੋਂ ਕਿਸੇ ਪਾਸੇ ਹੱਥ ਤਰ੍ਹਾਂ ਨਹੀਂ। ਠੀਕ ਹੈ, ਕੀ ਰੇਟ ਰਹਿਣਾ ਪ੍ਰਦੀਪ? ਰੇਟ ਬਾਈ ਦੇਖ, ਜਿੱਦਾਂ ਕੋਈ ਸਿੰਗਲ ਦੋ ਲੈਣ ਵਾਲਾ ਹੋਇਆ ਤਾਂ ਉਹੋ ਜਿਹਾ ਕਰ ਲਾਂਗੇ। ਇਕੱਲੀ ਵੱਛੀ ਇਹ ਦੇਵਾਂਗੇ ਅੱਜ ਵੀਰੇ 92,000 ਦੀ ਆਪਾਂ। ਠੀਕ ਹੈ, ਦੁੱਧ ਮੰਨ ਕੇ ਵੀ 20 ਤੋਂ 22 ਕਿਲੋ ਮੰਨ ਕੇ ਲੈ ਲਿਓ ਵੀ, ਆਪਣੇ ਕਹਿਣ ਦੀ ਗੱਲ ਨਹੀਂ ਵੀ 28 ਦੂ ਜੀ 30 ਦੂ, ਉਹਦਾ ਕੋਈ ਫਾਇਦਾ ਨਹੀਂ। ਬਰੀਡ ਕੁਆਲਿਟੀ ਐਨ ਇੱਕ ਨੰਬਰ ਆ, ਹਾਈਟ ਬਹੁਤ ਸੋਹਣੀ ਆ। ਇਹਦੇ ਨਾਲ ਇੱਕ ਗਾਂ, ਇਹਦੇ ਨਾਲ ਜਿਹੜੀ ਵੱਛੀ ਹੈ ਬਾਈ, ਇਹਦੇ ਵੱਛੀ ਦੇ 10 ਤੋਂ 12 ਦਿਨ ਬਾਕੀ ਆ। ਠੀਕ ਹੈ, ਮਨ ਕੇ ਕੁਆਲਿਟੀ ਬਰੀਡ ਇਹਦੀ ਬਹੁਤ ਆ, ਕੱਚੀ ਕੱਚੀ ਆ। ਕੀ ਰੇਟ ਰਹੂਗਾ ਬਾਈ? ਲੈਣ ਦੇਣ ਵਾਲਾ ਬਾਈ ਇਹਦਾ 77,000 ਰੁਪਇਆ ਵੱਛੀ ਦਾ। ਠੀਕ ਹੈ, ਦੋ ਬੈਠਾ ਕੋਈ ਵੀ ਵੀਰ, ਚਾਹੇ ਚਾਰੇ ਜਾਨਵਰ ਦੋ ਲੈਂਦਾ ਤਾਂ ਆਪਾਂ ਪਹੁੰਚ ਕਰ ਦਿਆਂਗੇ। ਮੰਨ ਕੇ ਵੀ ਜਿੱਦਾਂ ਮੰਨ ਲਾ ਜ਼ਿਆਦਾ ਤੌਰ ਤੇ ਫੋਨ ਆਉਂਦੇ ਨੇ ਤਰਨ ਤਾਰਨ ਅੰਮ੍ਰਿਤਸਰ ਸਾਈਡ ਆਉਂਦੇ ਆ, ਜਿਹੜੀ ਮਰਜ਼ੀ ਦੀ ਪਹੁੰਚ ਕਰ ਲਏ, ਕਿਉਂਕਿ 6,000-6,500 ਰੁਪਏ ਭਾੜਾ ਬਣ ਜਾਂਦਾ। ਠੀਕ ਹੈ, ਓਕੇ। ਇਦੋਂ ਅੱਗੇ ਪ੍ਰਦੀਪ, ਇੱਕ ਬੈਠ, ਇਹ ਵੀ 6-6 ਦੰਦ ਹੀ ਨੇ ਵੈਸੇ, ਆਪਾਂ ਚੱਲ ਹੁਣ ਇਹਦੇ ਚੈੱਕ ਕਰਵਾ ਦਿੰਦੇ ਇੱਕ ਬੈਠ ਦੇ। ਦੁੱਧ ਦੰਦਾਂ 'ਚ ਨੇ ਬਾਈ ਜਗਜੀਤ, ਕਹਿਣ ਦੀ ਗੱਲ ਨਹੀਂ ਦੇਖਦੇ। ਸਹੀ ਹੈ, ਦੁੱਧ ਵਾਲੇ ਦੰਦ ਖੜੇ ਨੇ, ਤੋਰੀ ਕੁਲਵਿੰਦਰ ਨਹੀਂ ਤੋਰਦੇ। ਕਹਿੰਦਾ ਸੂਆ ਪ੍ਰਦੀਪ, ਦੂਸਰਾ ਸੂਆ ਬਾਈ, ਛਿੱਗੀ ਆ, ਦੁੱਧ ਨੇ 24-25 ਕਿਲੋ ਦਿੱਤਾ ਹੋਇਆ ਪਲੂਣ ਨੇ। ਠੀਕ ਹੈ, ਕੀ ਰੇਟ ਰਹਿਣਾ ਪ੍ਰਦੀਪ ਇਹਦਾ? ਇਹਦਾ ਬਾਈ ਵੱਛੀ ਦਾ ਲੈਣ ਦੇਣ ਜਮਾਂ 95,000 ਦੀ ਵੱਛੀ ਦੇ ਦਾਂਗੇ ਬਾਈ ਜਗਜੀਤ। ਓਕੇ, ਚੀਜ਼ਾਂ ਨੇ ਬਾਈ ਜਗਜੀਤ, ਇਹ ਨਹੀਂ ਹੈਗਾ ਵੀ ਮਿਕਸ ਬਰੀਡ ਹੋਊ ਜਾਂ ਬੋਡੀ ਸਟਰਕਚਰ ਦੀਆਂ ਛੋਟੀਆਂ ਹੋਣਗੀਆਂ ਜਾਂ ਵੀ ਹਲਕੀਆਂ ਹੋਣਗੀਆਂ, ਪਲੀਆਂ ਹੋਈਆਂ ਵੱਛੀਆਂ ਫਾਰਮ ਦੀਆਂ। ਕਮਾਲਾ ਬਾਈ, ਕਮਾਲਾ ਬਾਈ, ਥੋੜ੍ਹਾ ਰੱਸੇ ਕਰਕੇ ਤੁਰਦੀਆਂ ਘੱਟ ਨੇ, ਅੱਗੇ ਪਿੱਛੇ ਦੀ ਲੇਵਾ ਲਾਉਣਗੀਆਂ ਜਿੰਨੀਆਂ ਵੀ ਲਾਉਣਗੀਆਂ ਬਾਈ। ਠੀਕ ਹੈ, ਚੱਲ ਬੇਟਾ ਚੱਲ। ਦੂਜਾ ਸੂਆ ਓਰੀਜਨਲ 6 ਦੰਦ ਹੈ, ਇੱਕ ਹੋਰ ਕਾਫੀ ਕਲਰ ਦੇ ਵਿੱਚ ਜਰਸੀ ਬਰੀਡ। ਇਹ ਵੱਛੀ ਨੇ ਬਾਈ 25-26 ਕਿਲੋ ਦੁੱਧ ਦਿੱਤਾ ਦੂਜਾ ਸੂਆ ਹੈ। ਹਾਂ ਬਾਈ, ਜੇ ਕੋਈ ਵੀਰ ਦੇਖੋ ਜੋੜਾ ਲੈਂਦਾ ਫਿਰ ਤਾਂ ਇਹ ਵੱਛੀਆਂ ਆਪਾਂ ਬਾਈ ਦੋਨੋਂ 95,000 ਦੀਆਂ ਦੇ ਦਾਂਗੇ। ਠੀਕ ਹੈ, ਜਿਵੇਂ ਇਕੱਲੀ ਲੈਣੀ ਤੇ ਇਕੱਲੀ ਵੱਛੀ ਆਪਾਂ 1,05,000 ਦੀ ਸੇਲ ਕਰਾਂਗੇ ਇਹ। ਹਾਂ, ਤੋੜ ਦੇ ਬਾਈ ਇਹਨੂੰ ਵੀ, ਸੋ ਇਹ ਵੀ ਤੁਹਾਨੂੰ ਤੋੜ ਕੇ ਦਿਖਾਉਣੇ ਆ। ਬਹੁਤ ਬੋਡੀ ਉਹਦੀਆਂ ਨੇ ਬਾਈ, ਪੂਰੇ ਐਨ ਸਟਰਕਚਰ, ਜਿਵੇਂ ਹੁਣ ਕਿਸੇ ਨੇ ਫਾਰਮ ਖਾਤਰ ਲੈਣੀਆਂ ਨੇ, ਟੌਪ ਦੇ ਜਾਨਵਰ ਨੇ ਪੂਰੇ, ਖਵਾਨਾ ਅੱਗੇ ਪਿੱਛੇ ਦਾ। ਅੱਜ ਹਲੇ ਹਫ਼ਤਾ ਇਹਨਾਂ ਪੈਂਡਿੰਗ ਆ, ਹਫ਼ਤਾ ਲਊ ਗੱਡੀ ਦੀ ਵਜ੍ਹਾ ਕਰਕੇ। ਦੇਖੋ 2-4 ਦਿਨ ਪਹਿਲਾਂ ਜਾਨਵਰ ਸੂਪੇ। ਹਾਂ, ਟੇਡੀ ਕਰੀ ਉਹਨਾਂ, ਇੱਧਰ ਇੱਥੇ ਖੜਾ ਲਈ, ਐਂ ਟੇਡੀ ਘੁਮਾ ਲਾ ਉਹਨਾਂ ਨੇ, ਪਾਸ ਕਰ ਦੇ ਮੂੰਹ ਇਹਦਾ। ਸੋ ਬੈਠ ਦੇਖ ਸਕਦੇ ਹੋ ਦੋਸਤੋ, ਵੱਖਰਾ ਹੀ ਰੰਗ ਦਿਸੂਗਾ, ਬਹੁਤ ਸੋਹਣੀਆਂ ਸੁੰਦਰ ਬਾਈ, ਨਵੇਂ ਹਾਣ ਦੀਆਂ ਨੇ ਵੀ। ਇਹ ਨਹੀਂ ਹੈਗਾ ਤੀਸਰੇ ਸੂਏ ਦੀ ਊਜਾ, ਜਿਵੇਂ ਦੇਖ ਆਪਣੀ ਆਦਤ ਹੈ ਤੀਸਰੇ ਲਈ ਤੀਸਰੇ ਦੱਸ ਦੇਣੀ ਹੁੰਦੀ ਆ। ਲੈ ਚੱਲੀ ਬਾਈ, ਵਧੀਆ ਦੁੱਧ ਵਾਲੀ ਵੱਛੀ ਨੇ, ਦੋਨੇ 50 ਕਿਲੋ ਦੁੱਧ ਤੋਂ ਵੀਰੇ ਡਿੱਗਦੀਆਂ ਨਹੀਂ। ਸੋ ਜੇ ਜੋੜਾ ਲੈਂਦੇ ਹੋ ਤਾਂ 95,000 ਦੇ ਹਿਸਾਬ 'ਤੇ, ਅਤੇ ਨਹੀਂ ਇਹਦਾ ਰੇਟ 1,05,000 ਹੈ। ਹੌਲੀ, ਇਦੋਂ ਅੱਗੇ ਗਾਵਾਂ ਜਿਹੜੀਆਂ ਉਹ ਐਚ ਐਫ 'ਚ ਪੈਂਦੀਆਂ। ਇਹ ਵੱਛੀ ਬਾਈ ਚੌਗੀ ਆ। ਠੀਕ ਹੈ, ਦੁੱਧ ਨੇ ਕਰਮ ਵਾਲੀ ਦਿੱਤਾ 27-28 ਕਿਲੋ ਪਲੂਣ ਨੇ। ਠੀਕ ਹੈ, ਦੂਸਰਾ ਸੂਆ ਇਹ ਸੂਗੀ, ਇਹ ਵੀ ਹੁਣੇ ਆਏ ਨੇ ਸਾਰੇ ਜਾਨਵਰ। ਕੀ ਰੇਟ ਰਹੂਗਾ ਬਾਈ? ਇਹ ਬਾਈ ਵੱਛੀ ਦਾ ਲੈਣ ਦੇਣ ਜਮਾਂ ਇੱਕ ਮੰਨ ਕੇ 1,25,000 ਰੁਪਈਆ। ਤੋਰ ਦੇ ਕੁਲਵਿੰਦਰ, ਅੱਡਰ ਕੁਆਲਿਟੀ ਕੱਪ ਵੀਡੀਓ 'ਚ ਨਾ ਮੰਨ ਕੇ 20 ਦਿਨ ਪਹਿਲਾਂ ਵੀਡੀਓ ਬਣਾਈ ਸੀ ਜਮਾਂ, ਇਹਦਾ ਇੱਦਾਂ ਦੀ ਸੀ, ਆਪਾਂ ਉਹਦਾ 1,25,000 ਰੇਟ ਕਰਿਆ ਸੀ, ਵਿੱਚ ਵੀਰ ਕਹਿੰਦੇ ਰੇਟ ਜ਼ਿਆਦਾ ਆ। ਮੁੜ ਕੇ ਵੱਛੀ 1,40,000 ਦੀ ਵਿਕੀ ਸੀ ਬਾਈ, ਮਹਾਰਾਸ਼ਟਰ ਗਈ। ਮੰਨ ਕੇ ਇੰਨੀ ਕੁ ਜ਼ਿਆਦਾ ਕੰਪੈਕਟ ਅੱਡਰ ਬਣਾਊ ਬਾਈ, ਉੱਪਰੋਂ ਸਟਰਕਚਰ ਦੇਖ ਕਿੰਨਾ ਵਧੀਆ। ਸਹੀ, 30 ਕਿਲੋ ਦੁੱਧ ਨੋਰਮਲ ਦੇ ਦੂ ਬਾਈ, ਬਰੀਡ ਕੁਆਲਿਟੀ ਬਹੁਤ ਜ਼ਿਆਦਾ ਆ। ਸੋ 1,25,000 ਰੁਪਇਆ ਦੱਸੋ ਦੂਜਾ ਸੂਆ ਸੁੰਦੀ ਵੈੜ ਦਾ ਰੇਟ ਹੈ। ਦੇਖੋ ਇਹਦੀ ਬਰੀਡ ਤੇ ਇਹਦਾ ਹਵਾਨਾ ਫਿਕਸ ਰੱਖੂਗੀ। ਕੋਈ ਜਾਨਵਰ ਬਾਈ ਜਗਜੀਤ ਆਪਣੇ ਕੋਲੇ ਕ੍ਰੋਸ ਬਰੀਡ ਦੇ ਵਿੱਚ ਅੱਜ ਹੈ ਨਹੀਂ, 4 ਜਰਸੀਆਂ ਨੇ, ਬਾਕੀ ਐਚ ਐਫ ਦੇ ਸਾਰੇ ਟੌਪ ਦੀ ਜਾਨਵਰ ਨੇ। ਇਹਦੋਂ ਅੱਗੇ ਜਿਹੜੀ ਗਾਂ ਖੜੀ ਹੈ ਬਾਈ,
ਇਹਨੇ ਬੱਚੀ ਨੇ ਬਾਈ 32-33 ਕਿਲੋ ਦੁੱਧ ਦਿੱਤਾ ਫਾਰਮ ਚ, ਅੱਜ ਇਹਦੇ ਪੂਰੇ 12 ਦਿਨ ਬਾਕੀ ਆ ਬਾਈ ਪਿੱਠ ਪੁੜੇ ਦੇ। ਬਾਕੀ ਮੇਨ ਬਾਈ ਠੰਡ ਕਰਕੇ ਆਪਾਂ ਜਾਨਵਰ ਨਵਾਏ ਨੀ, ਜਾਨਵਰ ਕਲਰ ਪ੍ਰਿੰਟ ਇੰਨੇ ਕ ਨੇ ਬਹੁਤ ਜ਼ਿਆਦਾ। ਇਹਦਾ ਵੀ ਹਵਾਨਾ ਬਾਈ ਦੇਖ, ਨਾੜਾਂ ਵਾਲਾ ਅੱਗੇ ਪਿੱਛੇ ਵਾਲਾ ਹਵਾਨਾ, ਕੀ ਰੇਟ ਰਹਿਣਾ ਇਹਦਾ ਵੀ ਬਾਈ? ਦੇਣ ਲੈਣ ਵਾਲਾ ਰੇਟ 1.25 ਲੱਖ ਰੁਪਏ ਬੱਚੀ ਦਾ। ਠੀਕ ਹੈ, ਬਾਕੀ ਗੱਲ ਐ ਬਈ ਜਿਹੜਾ ਵੀਰ ਆਊਗਾ ਹਨਾ, ਚੱਲ ਕੇ ਤਾਂ ਹੁੰਦਾ ਨੀ ਵੀ, ਦੇਖੋ ਮਾਨਦਾਨ ਹਰੇਕ ਦਾ ਕੀਤਾ ਹੀ ਜਾਂਦਾ ਹੁੰਦਾ। ਸਹੀ ਵੀ, ਪਰ ਊ ਨੀ ਮੰਗਣਾ ਜਿਵੇਂ ਹੁਣ 1.5 ਮੰਗ ਲਓ ਮੁੜ ਕੇ ਘਟੀ ਜਾ, ਉਹਦਾ ਕੋਈ ਫਾਇਦਾ ਨਹੀਂ। ਸਹੀ ਹੈ, ਬਾਕੀ ਸਾਰੀਆਂ ਬੱਚੀਆਂ ਇਹ ਰਿਕਾਰਡ ਵਾਲੀਆਂ ਨੇ, ਰਿਕਾਰਡ ਇਹਦਾ ਰਿਕਾਰਡ ਆਪਾਂ ਪੁੱਛ ਕੇ ਦੱਸ ਦਾਂਗੇ ਵੀ ਜੇ ਆਪਾਂ ਕਹੀਏ ਵੀ ਮੇਰੇ ਨਾਮ ਆਪਾਂ ਨੇ ਪੁੱਛਿਆਗਾ। ਠੀਕ ਹੈ, ਹਾਂ ਬਈ 12 ਦਿਨਾਂ 'ਚ ਪੂਰੇ ਦੇ ਰਹਿੰਦੇ ਆ। ਓਕੇ, ਹਵਾਨਾ ਇਹਦਾ ਬਈ ਅੱਗੇ ਪਿੱਛੇ ਦੀ ਆ ਪੂਰਾ ਫੁੱਲ। ਤਿੰਨ ਬੱਚੀਆਂ ਲੈ ਬਈ ਆਪਣੀਆਂ ਆਉਣ ਵਾਲੀਆਂ ਨੇ, ਪੈਂਡਿੰਗ ਨੇ। ਠੀਕ ਹੈ, ਹਾਂ HFC ਆ ਰਹੀਆਂ। HF ਬਈ, HF ਆ ਗਈ ਅੱਗੇ ਬੱਚੀ, ਬਹੁਤ ਪਿਆਰੀ ਬੱਚੀ ਹੈ, ਵੀ ਫਾਰਮ ਚੋਂ ਲਈ ਆ, ਬਹੁਤ ਵਧੀਆ ਬੱਚੀ ਹੈ ਬਾਈ ਜਗਜੀਤ। 28 ਕਿਲੋ ਦੁੱਧ ਦਿੱਤਾ ਪਲੂਨ ਨੇ, ਥੋੜਾ ਧੱਕਾ ਖੋਲੋ, ਧਿਆਨ ਨਾਲ ਖੋਲੀ ਕੁਲਵਿੰਦਰ, ਥੋੜਾ ਧੱਕਾ ਕਰਦੀ ਹੈ। ਬਹੁਤ ਸੋਹਣੇ ਹਵਾਨੇ ਦੇ ਜਗਜੀਤ, ਪਿਆਰੀ ਬੱਚੀ ਜਿਵੇਂ ਆਪਾਂ ਕਹਿੰਦੇ, ਬਹੁਤ ਪਿਆਰੀ। ਮੂੰਹ ਦੇਖ ਨਿੱਕਾ ਜਿਹਾ ਮੂੰਹ ਆ, ਅਸੀਂ ਕੱਟ ਲਾ ਬਾਈ ਉਰੇ। ਕੀ ਰੇਟ ਰਹੂਗਾ ਇਹਦਾ ਪਰਦੇ? ਇਹਦਾ ਬਾਈ ਲੈਣ ਦੇਣ ਵਾਲਾ ਰੇਟ 1,10,000 ਰੁਪਇਆ ਅੱਜ ਵਾਲਾ, ਕਿਉਂ ਕਈ ਵਾਰ ਤਿਆਰੀ 'ਤੇ ਬਾਈ ਜਗਜੀਤ ਤੈਨੂੰ ਪਤਾ ਘੱਟ ਵੀ ਜਾਂਦੀਆਂ, ਇਹ ਵੱਧ ਵੀ ਜਾਂਦੀਆਂ। ਸਹੀ, ਬਹੁਤ ਪਿਆਰੀ ਬੱਚੀ ਆ, ਵਜਨ ਬੋਡੀ ਵੇਟ ਕਿਸੇ ਪਾਸੇ ਵੀ ਹੱਥ ਧਰਾ ਨਹੀਂ। ਹਾਂ ਬਈ, ਬੋਲੋ। ਸੋ ਦੂਜਾ ਸੂਆ ਇਹ ਆ, ਸੋ ਦੂਸਰਾ ਸੂਆ ਬਈ, ਇਹਦੋਂ ਬਾਅਦ ਚ ਇੱਕ ਹੋਰ ਵੈੜ ਜਿਹਦੇ, ਇਹ ਬਾਈ ਸੇਲ ਹੋ ਗਈ ਜਗਜੀਤ, ਇਹ ਸੇਲ ਹੋ ਗਈ। ਹਾਂ ਬਈ, ਠੀਕ ਹੈ। ਪ੍ਰਦੀਪ ਬਾਈ ਬਸ ਇੱਥੋਂ ਤੱਕ? ਹਾਂ ਬਈ, ਇੱਥੋਂ ਤੱਕ ਦੋ, ਬਾਕੀ ਜਿਹੜੇ ਜਾਨਵਰ ਆਉਣ ਵਾਲੇ ਆ ਓਕੇ, ਉਹ ਜਦੋਂ ਮਰਜ਼ੀ ਵੀਰ ਆ ਜੇ ਕੋਈ। ਠੀਕ ਹੈ, ਸੋ ਦੋਸਤੋ ਮੈਂ ਜਿਵੇਂ ਪਹਿਲਾਂ ਦੱਸਦਾ ਹੁੰਦਾ ਵੀ ਇੱਥੇ ਹਰ ਟਾਈਮ ਪਸ਼ੂ ਆਉਂਦੇ ਰਹਿੰਦੇ ਆ ਅਤੇ ਜਾਂਦੇ ਰਹਿੰਦੇ ਆ, ਕਿਉਂਕਿ ਪਸ਼ੂ ਜ਼ਿਆਦਾ ਹੁੰਦੇ ਆ, ਵਿਕਦੇ ਵੀ ਰਹਿੰਦੇ ਆ ਅਤੇ ਨਵੇਂ ਵੀ ਐਡ ਹੁੰਦੇ ਰਹਿੰਦੇ ਆ। ਤੁਸੀਂ ਵੀਡੀਓ ਇੱਕ ਇਨਫੋਰਮੇਸ਼ਨ ਮੰਨ ਕੇ ਇੱਥੇ ਪਹੁੰਚੋ, ਜੇ ਇਹਨਾਂ 'ਚੋਂ ਕੋਈ ਪਸ਼ੂ ਪਸੰਦ ਆਉਂਦਾ ਤਾਂ ਵੈਲਕਮ ਆ, ਅਤੇ ਨਹੀਂ ਉਦੋਂ ਨੂੰ ਹੋਰ ਵੀ ਪਸ਼ੂ ਆਏ ਖੜ੍ਹੇ ਹੋਣਗੇ, ਸੋ ਤੁਸੀਂ ਆ ਕੇ ਦੇਖ ਸਕਦੇ ਹੋ। ਸਾਂਭ ਸੰਭਾਲ ਦੀ ਬਾਈ ਨੇ ਗੱਲ ਕੀਤੀ ਸੀ ਤਾਂ ਦੱਸੋ, ਇੱਥੇ ਇਹਨਾਂ ਗਾਵਾਂ ਨੂੰ ਠੰਡ ਨਾ ਲੱਗੇ ਤਾਂ ਹੀਟਰ ਲਾਤੇ ਬਾਈ ਨੇ। ਇਹ ਰੱਖ ਰਖਾਵ ਦਾ ਫਰਕ ਪੈਂਦਾ, ਜਿਹੜਾ ਦੁੱਧ ਦਾ ਫਰਕ ਕਈ ਵਾਰ ਪੈ ਜਾਂਦਾ ਤਾਂ ਉਹ ਸਮਾਈ ਦੀ ਮੁੱਲ ਹੁੰਦਾ ਹਨਾ, ਆਪਾਂ ਕੇਅਰ ਨਾਲ ਹੀ ਜਾਨਵਰ ਬਚਦਾ ਬਾਈ ਹਨਾ। ਸਹੀ ਹੈ, ਸੋ ਅੱਜ ਦੀ ਵੀਡੀਓ 'ਚ ਫਿਲਹਾਲ ਇਹ ਗਾਵਾਂ ਵਿਕਰੀ ਵਾਲੀਆਂ ਸੀ। ਬਹੁਤ ਮਿਹਰਬਾਨੀ ਦੋਸਤੋ ਵੀਡੀਓ ਦੇਖਣ ਵਾਸਤੇ, ਧੰਨਵਾਦ।